ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਵੈਲਕਮ ਕਰਦੇ ਹਾਂ ਜੀ ਪਿੰਡ ਡੇਰੀ ਫਾਰਮ ਵਿੱਚ। ਆਪਾਂ ਪਹੁੰਚ ਚੁੱਕੇ ਹਾਂ ਜੀ ਪਿੰਡ ਡੇਰੀ ਆਲ, ਜ਼ਿਲ੍ਹਾ ਅੰਮ੍ਰਿਤਸਰ, ਤਹਿਸੀਲ ਬਾਬਾ ਬਕਾਲਾ। ਇਸ ਘਰ 'ਚੋਂ ਪਹਿਲਾਂ ਵੀਡੀਓ ਬਣਦੀ ਰਹਿੰਦੀ, ਅੱਜ ਫਿਰ ਪਹੁੰਚੇ ਹਾਂ। ਭਾਅ ਜੀ ਉਹਨਾਂ ਨੇ ਟੋਟਲ 6 ਪਸ਼ੂ ਸੇਲ ਕਰਨੇ ਆ, ਇੱਕ ਖੀਰਾ ਕੱਟਾ, ਇੱਕ ਮੱਝ ਅਤੇ 4 ਵਹਿੜਾਂ ਹੈਗੀਆਂ, ਜਿਨ੍ਹਾਂ ਵਿੱਚੋਂ ਇੱਕ ਤਾਜ਼ੀ ਸੂਈ, 3 ਗੱਭਣਾਂ ਜੀ, ਚੰਗੇ ਰਿਕਾਰਡ ਵਾਲੀਆਂ। ਵੀਡੀਓ ਨੂੰ ਕਰ ਦਿਓ ਸ਼ੇਅਰ। ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਹੈ, ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ, ਸੂਏ ਸਵਾਏ ਪਸ਼ੂ ਦੀ 2 ਟਾਈਮ ਚੋ ਕੇ ਤਸੱਲੀ ਕਰ ਲਿਆ ਕਰੋ। ਗੱਭਣ ਪਸ਼ੂ ਹੁੰਦਾ ਜਿਹੜਾ, ਉਹਦੇ ਥਾਂ ਡਿੱਪ ਕੇ ਚੱਕ ਪਾਸ ਕਰਕੇ ਲੈ ਕੇ ਜਾਇਆ ਕਰੋ, ਤਾਂ ਜੋ ਕਿਸੇ ਕਿਸਮ ਦਾ ਲਾਂਭਾ ਨਾ ਰਹਿ ਸਕੇ। ਗੱਲਬਾਤ ਕਰਾਵਾਂਗੇ ਭਾਅ ਜੀ ਹੁਣ ਨਾਲ, ਅਤੇ ਇਹਨਾਂ ਸਾਰੇ ਪਸ਼ੂਆਂ ਦੀ ਡਿਟੇਲ ਲਵਾਂਗੇ ਜੀ। ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਆ ਜੀ? ਬਹੁਤ ਵਧੀਆ ਜੀ। ਠੀਕ ਹੈ ਜੀ, ਭੈਣ ਭਰਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜੀ ਜੀ ਜੀ, ਮੇਲਾ ਚੱਲਦੇ ਆ, ਸਾਧ ਸੰਗਤ ਨੂੰ ਬਹੁਤ ਜ਼ਿਆਦਾ ਅੰਦਰ। ਜੀ 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 ਜੀ, ਹਾਂਜੀ, ਮਾਰ ਸਭ ਕਰੇ ਸਾਰਿਆਂ ਦੀ। ਠੀਕ ਹੈ ਜੀ, ਤੇ ਕਿੰਨੇ ਬੁੱਕ ਸੇਲ ਕਰਨੇ ਵੀਰ ਜੀ ਅੱਜ? ਹਾਂਜੀ, 3 ਵੇੜਾ ਗੱਭਣਾ ਜੀ। ਹਾਂਜੀ, ਇੱਕ ਸੂਈ ਹੈ ਜੀ। ਅੱਛਾ ਜੀ, ਇੱਕ ਮੱਝ ਆ, ਇੱਕ ਮੱਝ, ਇੱਕ ਕੱਟਾ। ਹਾਂਜੀ, ਟੋਟਲ 6। ਹਾਂਜੀ, ਕੱਟਾ ਖੀਰਾ। ਠੀਕ ਹੈ ਜੀ। ਫੋਨ ਨੰਬਰ ਦੱਸ ਦਿਓ ਵੀਰ ਜੀ ਆਪਣਾ। 99147994 ਤੇ। ਨਾਮ ਕੀ ਹੈ ਜੀ? ਨਾਮ ਜਗ੍ਹਾ ਚੱਲਦਾ ਜੀ। ਠੀਕ ਹੈ, ਡੇਰੀ ਵਾਲਾ, ਜ਼ਿਲ੍ਹਾ ਅੰਮ੍ਰਿਤਸਰ, ਤਹਿਸੀਲ ਬਬਗਰਾ ਸਾਹਿਬ। ਠੀਕ ਹੈ ਜੀ। ਆਪਾਂ ਨੂੰ ਵਿਆਸ ਕੁਝ 10 ਕਿਲੋਮੀਟਰ ਪੈ ਜਾਂਦਾ। ਹਾਂਜੀ ਹਾਂਜੀ, ਭੈਣ ਭਰਾ ਪੁੱਛਦੇ ਰਹੀ ਆ, 10 ਕਿਲੋਮੀਟਰ ਜੀ, 10 ਕਿਲੋਮੀਟਰ ਪੈ ਜਾਂਦਾ। ਠੀਕ ਹੈ ਜੀ। ਹਾਂਜੀ, ਸ਼ੁਰੂਆਤ ਆਪਾਂ ਕਰੀਏ ਆੜੀ ਤੋਂ। ਦੇਖੋ ਜੀ, ਸਿੰਘ ਵੀ ਲੱਗਾ ਇਹਨੂੰ ਥੋੜਾ ਜਿਹਾ, ਹਨਾ? ਹਾਂਜੀ ਆਇਆ ਜੀ, ਥੋੜਾ ਝੁੰਗਾ ਸਿੰਘ ਆ ਜੀ। ਹਾਂ ਵੇਖੋ, ਝੁੰਗਾ ਸਿੰਘ ਆ ਜਾਂਦਾ ਵਾ, ਤੇ ਕੁਆਲਿਟੀ ਪੂਰੀ ਆ, ਥਾਣ ਥੁਣ ਬੜਾ ਚੰਗਾ ਲੱਗਾ ਜੀ ਇਹਨੂੰ। ਆ ਵੇਖੋ, ਇਹਦਾ ਸੂਆ ਭਾਜੀ ਕਿਨਵਾ? ਸੂਆ ਭਾਈ ਦੂਜਾ ਜੀ ਇਹਦਾ। ਅੱਛਾ, ਦੂਜਾ ਸੂਆ ਜੀ। ਠੀਕ ਹੈ ਜੀ, ਤੇ ਪਹਿਲੇ ਸੂਏ ਦੁੱਧ ਕਿੰਨਾ ਕੁ ਚੋਇਆ ਇਹਨੇ? ਪਹਿਲੇ ਸੂਏ ਭਾਜੀ 16-17 ਲੀਟਰ ਚੋਇਆ ਇਹਨੇ। ਹਾਂ, 16-17 ਲੀਟਰ ਚੋਇਆ। ਚੰਗੀ ਇਹ ਵੀ ਸਾਰੀ ਜਿੰਨੀ ਹੈਗੀ ਹੈ ਸਾਥ ਆ। ਠੀਕ ਆ, ਥਾਣ ਥੁਣ ਦੀ ਬਹੁਤ ਜ਼ਿਆਦਾ ਚੰਗੀ ਹੈ। ਦੇਣ ਕਿੰਨੇ ਕੁ ਲੈ ਜੂਗੀ ਭਾਜੀ? ਦਿਨ ਭਾਈ ਹਫਤਾ ਕੁ ਰਹਿ ਜਾਣਾ? ਹਫਤਾ ਲੈ ਜਾਣਾ। ਆਹ ਵੇਖੋ, ਟਕਰਾਂ ਵਾਲਾ ਸੁਨੇ ਕੱਟ ਲੈ, ਤੁਹਾਨੂੰ ਸਾਰੀ ਕੱਢਣੀ ਆ। ਜੀ 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 ਜੀ, ਥਾਣ ਥੁਣ ਵੇਖੋ ਬਹੁਤ ਜ਼ਿਆਦਾ ਚੰਗਾ, ਥਾਣ ਬਹੁਤ ਸੋਹਣਾ ਲੱਗਾ ਵਾ, ਬੜਾ ਪਿਆਰਾ ਵਾ। ਤੋਰੀਏ ਖੋਲ ਕੇ ਜੀ। ਠੀਕ ਹੈ ਜੀ, ਆਹ ਵੇਖੋ ਜੀ, ਪੂਰੀ ਚੰਗੀ ਨਸਲ ਵਾਲੀ ਆ, ਕੁਆਲਿਟੀ ਦੀ ਆ। ਬਾਕੀ ਗਰਮੀਆਂ ਦੇ ਵਿੱਚ ਇਹਨਾਂ ਵੈੜਾਂ ਨੇ ਬਹੁਤ ਕਾਢ ਕੱਢਣੀ ਆ, ਗਰਮੀ ਦੇ ਵਿੱਚ ਕੋਈ ਪਰਵਾਹ ਨਹੀਂ ਗੀ, ਤੇ ਹਫਤਾ ਇੱਕ ਲੈ ਜਾਣਾ, ਢਿੱਲਾਂ ਕਾਫੀ ਆ। ਥਾਣ ਪੂਰਾ ਮੁੱਠੀ ਦੀ ਚਵਾਈ ਵਾਲਾ ਲੱਗਾ ਇਹਨੂੰ। ਆਹ ਵੇਖੋ, ਫੇਸ ਕੁਆਲਿਟੀ ਚੰਗੀ ਆ, ਸਿੰਗ ਵੀ ਲੱਗਾ ਇਹਨੂੰ, ਥੋੜਾ ਝੁੰਗੇ 'ਚ ਆ ਜਾਂਦਾ। ਲੈ ਜਾਓ ਲੈ ਜਾਓ। ਹਾਂਜੀ ਹਾਂਜੀ, ਆਹ ਵੇਖੋ, ਆਹ ਵੇਖੋ ਜੀ, ਬਾਕੀ ਨਾੜਾਂ ਬੜੀਆਂ ਵਾ ਹਵਾਨੇ ਦੇ ਉੱਤੇ ਲੱਗੇ ਆਓਗੇ ਤਾਂ ਦੇਖੋ, ਦੇਖਣ ਗੀਆਂ ਚੰਗੀਆਂ, ਫੋਨ ਦੇ ਵਿੱਚ ਥੋੜੀਆਂ ਘੱਟ ਦਿਖਦੀਆਂ ਵਾ। ਬਹੁਤ ਜ਼ਿਆਦਾ ਖਾਣ ਵੇਖ ਲਓ ਜੀ, ਇੱਕ ਨਾ ਬਹੁਤ ਸੋਹਣਾ ਵਾ ਜੀ, ਕੁਆਲਿਟੀ ਦੀ ਸਾਰੀ ਇੰਨੀ ਚੰਗੀ ਹੈ, ਬਣੂ ਬਣੂ ਚੰਗੀ ਬਣ ਸਾਵਾ ਸਰ। ਠੀਕ ਨਾ, ਤੁਹਾਨੂੰ ਜਿਹੜੀ ਨਾ ਚੀਜ਼ ਜਿਹੜੀ ਹਾਂਜੀ ਬਾਹਰ ਨਿਚੋ ਨਿਕਲ ਕੱਢੂਗੀ। ਹਾਂਜੀ ਹਾਂਜੀ, ਬਾਕੀ ਬੇਨਤੀ ਆਪਣੀ ਇਹੋ ਹੀ ਆ ਵੀ ਜਿੱਡਾ ਡੰਗਰ ਆਪਾਂ ਮਖਾਉਨੇ ਆ ਉਡਾ ਹੀ ਹੋਊਗਾ, ਜੂਮ ਕੋਈ ਨਹੀਂ ਕੀਤਾ। ਕਈ ਵੀਰ ਲਾਮਾ ਇਹ ਦਿੰਦੇ ਆ ਵੀ ਅਸੀਂ ਗਏ ਉਹਨਾਂ ਕੋਲ ਤਾਂ ਉਹਨਾਂ ਡੰਗਰ ਵੇਚਦੇ, ਹਾਂਜੀ ਜੇ ਸਾਈ ਪਾਈ ਹੋਊਗੀ ਫੇਰ ਡੰਗਰ ਕੋਈ ਵੇਚਦੇ ਤੇ ਫੇਰ ਸਾਨੂੰ ਫੋਨ ਕਰਕੇ ਲਾਮਾ ਦੇ ਦੇ। ਹਾਂ, ਜੇ ਤੁਸੀਂ ਮਤਲਬ ਨਹੀਂ ਸਾਈ ਪਾਈ ਉਦਾਂ ਆਉਂਦੇ ਆ ਉਹਦੀ ਕੋਈ ਅਸੀਂ ਗਰੰਟੀ ਨਹੀਂ ਲੈਂਦੇ। ਜੀ 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 ਜੀ, ਕਿਉਂਕਿ ਉਹਦਾ ਮਤਲਬ ਕੋਈ ਗਰੰਟੀ ਨਹੀਂ, ਕਿਉਂਕਿ ਇਹ ਹੁੰਦਾ ਵਾ ਵੀ ਵੀਡੀਓ ਦੇ ਫੋਨ ਆਈ ਜਾਣੇ ਆ ਕਿਨੇ ਦੂਰੋਂ ਵੀਰ ਨੇ ਸਾਈ ਪਾਤੀ ਡੰਗਰ ਉਹਦਾ ਵਾ। ਜੀ ਜੀ ਜੀ, ਕਈ ਵੀਰ ਇਹ ਲਾਮਾ ਦੇ ਦਿੰਦੇ ਵੀ ਅਸੀਂ ਉਹਨਾਂ ਕੋਲ ਗਏ, ਬਾਕੀ ਪਾਸ ਨਾ ਆਵੇ ਡੰਗਰ ਫੇਰ ਫੇਰ ਸਾਈ ਵਾਪਸ ਲੰਡੇ ਹੀ ਨਾ। ਦੁੱਧ ਭਾਜੀ ਕਿੰਨਾ ਕੁ ਚਵਾਉਗੀ ਯਾਰ? ਭਾਈ ਆਸ ਕਿਲੋ 20 ਲੀਟਰ ਦੀ ਹੈਗੀ ਆ ਅਰਕਾ। ਆ 20 ਲੀਟਰ ਚ ਵਾ ਜੂਗੀ, ਸੇਵਾ ਚੰਗੀ ਭੈਣ ਭਰਾ ਕਰੂਗਾ ਜੀ। ਹਾਂਜੀ, ਬਾਕੀ ਹੈ ਕੁਆਲਿਟੀ ਦੀ ਆ ਹਨਾ, ਸਾਰੀ ਰੀਜਨਲ ਆ ਜੀ ਜੀ, ਕੋਈ ਮਿਲਾਵਟ ਨਹੀਂ ਹੈਗੀ। ਹਾਂਜੀ, ਕੋਈ ਥਾਣ ਦੀ ਕੋਈ ਪਿੱਛੇ ਦੀ ਕੋਈ ਹੋਊਗੀ ਕਮੀ ਨਹੀਂ ਹੈਗੀ ਜੀ। ਬੇਸ਼ੱਕ ਉਹ ਭੈਣ ਭਰਾ ਵੀਡੀਓ ਪਾ ਕੇ ਸਾਨੂੰ, ਠੀਕ ਆ, ਭਾਰੀ ਪਾਇਓ ਥਾਣ ਦੀ ਨਾਮ ਗਲਤ ਹੋਵੇ ਸਾਡੀ ਕੋਈ ਵੀ। ਠੀਕ ਹੈ ਜੀ, ਮੁੱਲ ਕਿੰਨਾ ਕਰਨਾ ਜੀ? ਮੁੱਲ ਸਾਹਿਬ ਜਦੋਂ ਸਿੰਘ ਨਾਲ ਨੇ ਫਿਰ ਤਾਂ 60,000 ਰੁਪਇਆ ਕਰਨਾ ਹੈ।
ਭਾਜੀ ਇਹ ਮੁੱਲ ਜ਼ਿਆਦਾ ਕਰ ਦੇ ਤੁਸੀਂ, ਜਾਇਜ ਕਰੋ 60,000 ਨਾ ਕਰੋ, 50,000 ਕਰ ਲੈਂਦੇ ਛੋੜ ਕਰੋ, ਅੰਦਰ ਕਰੋ 50 ਤੋਂ ਅੰਦਰ ਆਓ, ਮੈਂ ਕਹਿੰਦਾ 2,000 ਛੋੜ ਕਰ ਦੋ 50 ਚੋਂ, ਲੈ ਵੀ ਆਹ ਵੇਖ ਵੀਰ ਨੇ, ਵੀਰ ਨੇ ਕੀਤਾ ਵੱਡਾ ਦਿਲ, ਆਹ ਦੇਣ ਲੈਣ ਵਾਲਾ ਹੀ ਹੈ, ਥੋੜਾ ਬਹੁਤਾ ਛੋੜ ਛੂੜ ਹੋ ਜੂਗੀ, ਆਹ ਵੇਖੋ ਜੀ, ਆਹ ਵੇਖੋ ਜੀ ਇਹਦੇ ਵਿੱਚੋਂ ਥੋੜੀ ਬਹੁਤੀ ਛੋੜ ਹੋ ਜੂਗੀ, ਵੀਰ ਨੂੰ ਫੋਨ ਕਰ ਲਿਓ, ਪੂਰੀ ਕੁਆਲਿਟੀ ਦੀ ਆ, ਚੰਗੀ ਬਣੂਗੀ, ਤਿਆਰ ਹੋਊਗੀ, ਥੋੜਾ ਸਾਨੂੰ ਲੱਗਾ ਇਹਨੂੰ, ਆਹ ਵੇਖੋ ਦੂਜੇ ਨੰਬਰ ਵਾਲੀ ਚੈੱਕ ਕਰੋ ਜੀ, ਇਹਦਾ ਸੂਆ ਕਿਨਵਾ ਜੀ, ਇਹਦਾ ਦੂਜਾ ਜੀ, ਠੀਕ ਹੈ ਜੀ, ਤੇ ਕਿੰਨਾ ਕਿੰਨੇ ਕ ਦਿਨ ਲੈ ਜੂਗੀ ਜੀ, ਅੱਛਾ ਦੁੱਧ ਕਿੰਨਾ ਕੁ ਚਵਾਇਆ ਵੀਰ ਜੀ ਨੇ, ਦੇਣ ਕਿੰਨੇ ਲੈ ਜੂਗੀ, ਹਫ਼ਤਾ ਲੈ ਜੂਗੀ, ਠੀਕ ਠੰਡੀ ਆ ਬਾਕੀ, ਹਾਂਜੀ ਥਾਣ ਵੀ ਬੜਾ ਸੋਹਣਾ ਲੱਗਾ ਵਾ, ਕੁਆਲਿਟੀ ਦਾ ਥਾਣ ਆ, ਠੀਕ ਆ, ਖੋਲ ਕੇ ਤੋਰੋ ਜੀ ਇਹਨੂੰ, ਸੋਹਣੀ ਆ ਕੁਆਲਿਟੀ ਦੀ ਆ ਜੀ, ਬਾਕੀ ਦੁੱਧ 15-16 ਲੀਟਰ ਚ ਆਇਆ, ਦੂਜਾ ਸੂਆ ਇਹਦਾ ਸੂਣਾ ਹੈ ਨਾ, ਦੂਜਾ ਸੂਣਾ, ਦੂਜੇ ਸੂਏ ਮੂੰਹ ਤਾਂ 6 ਦਾ ਆ, ਠੀਕ 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 ਹੈ, ਬਾਕੀ ਢਿੱਲਾਂ ਢੁੱਲਾਂ ਚੰਗੀਆਂ ਬੜੀਆਂ ਸੋਹਣੀਆਂ ਵਾ, ਕੇ ਥਾਣ ਬਹੁਤ ਸੋਹਣਾ ਲੱਗਾ, ਬਾਕੀ ਹੈ ਠੰਡੀ ਧੀਰੀ ਆ, ਕੁਆਲਿਟੀ ਵਾਲੀ ਆ, ਫੈਂਡ ਇਹਦੀ ਵੀ ਚੰਗੀ ਆਊਗੀ, ਜਰਸੀ ਆ ਜਾਂਦੀ ਵੀਰ ਜੀ, ਜਰਸੀ ਕ੍ਰੋਸ ਆ ਜਾਂਦੀ ਹੈ ਜੀ, ਠੀਕ ਹੈ ਜੀ, ਜਰਸੀ ਨਹੀਂ ਕਹਿੰਦੇ ਭੱਟ ਸਾਹਿਬ, ਜਰਸੀ ਕ੍ਰੋਸ ਆ ਜਾਂਦੀ, ਹਾਂਜੀ ਹਾਂਜੀ, ਜੇ ਕੋਈ ਭੈਣ ਭਰਾ ਕੇ ਜਰਸੀ ਕਹਿੰਦੇ ਜਰਸੀ ਦੀਆਂ ਜੀ, ਜਰਸੀ ਕ੍ਰੋਸ ਹੈ ਕਿ ਦਮ ਨਾ ਕਰੂਗੀ ਗਰਮੀ, ਹਾਂਜੀ ਹਾਂਜੀ, ਜਿੰਮਾ ਜੀ ਬੰਨ ਛੱਡੋ, ਮੂੰਹ ਤਾਂ 6 ਦਾ ਆਂਦਾ ਹੈ, ਠੀਕ ਹੈ ਜੀ, ਠੀਕ ਆ, ਤਿਆਰ ਕਰਨ ਦੁੱਧ ਕਿੰਨਾ ਕੁ ਚਵਾਊਗੀ ਜੀ, ਦੁੱਧ ਪ੍ਰਧਾਨ ਜੀ ਦੁੱਧ ਸੇਵਾ ਦਾ, ਮੈਂ ਤੁਹਾਨੂੰ ਦੱਸਿਆ ਕਿ ਜੀ ਭੈਣ ਭਰਾ ਸੇਵਾ ਚੰਗੀ ਕਰ ਰਹੇ, 16-17 ਕਿਲੋ ਕੀ ਕਹਿੰਦਾ ਜੀ ਜੀ ਜੀ, ਦੁੱਧ ਸੇਵਾ ਦਾ ਇਹ ਆ ਵੀ ਤੁਗਣਾ ਇਹਦੀਆਂ ਕਈ ਵਾਰ ਉਹਨੇ ਵੰਡ ਪਾ ਦੋ ਦੁੱਧ ਕਰ ਜਾਂਦੀਆਂ 10-12, ਬਿਲਕੁਲ ਮੁੱਲ ਕਿੰਨਾ ਕਰਨਾ ਇਹਦਾ ਜੀ, ਮੁੱਲ ਸਹੀ 52,000 ਰੁਪਏ ਦਾ ਲਾਂਗੇ, 52,000, ਹਾਂਜੀ ਹੈ ਭਾਜੀ ਕਸਰ ਕੋਈ, ਪੂਰੇ 50 ਹੀ ਦੇ ਦਾਂਗੇ ਭਾਜੀ, ਚਲੋ ਜੀ ਹੋ ਜੂ, ਅੱਛਾ ਛੋੜ ਕੇ ਨਹੀਂ ਬਾਅਦ ਚ ਕਰ ਦਾਂਗੇ ਭਾਜੀ, ਫਿਰ ਕਰ ਦਾਂਗੇ, ਫੋਨ ਕਰ ਲੈ ਕੋਈ, 48 ਦੇ ਦਾਂਗੇ ਆਣਾ ਜੀ, ਕਿੰਨੇ ਦੀ 48, ਲਓ ਜੀ ਇਹ ਆ ਗਈ, ਆਪਾਂ ਭੈਣ ਭਰਾ ਨੂੰ ਮੋੜਨਾ ਚਲੋ ਜੀ, 48 ਫਿਕਸ ਆ ਕੇ ਉੱਚੋਂ ਵੀ ਹੈਗੀ ਕਸਰ, ਕਰ ਦਾਂਗੇ ਮਾਨ ਸਾਹਿਬ, ਜੇ ਆ ਜੂ ਕੋਈ ਭੈਣ ਭਰਾ ਦੇ ਦਾਂਗੇ, ਠੀਕ ਠੀਕ ਹੈ, ਫੋਨ ਕਰ ਲਿਓ ਵੀਰ ਨੂੰ, ਆ ਵੇਖੋ ਜੀ, ਤੇ ਬਾਕੀ ਥਾਣ ਥੂਣ ਓਕੇ ਆ ਵੀਰ ਜੀ ਸਾਰੇ, ਠੀਕ ਆ ਜੀ, ਆਹ ਓਰੀਜਨਲ ਝੁੰਗੀ ਆ, ਇਹਨੂੰ ਓਰੀਜਨਲ ਝੁੰਗੀ ਆਂਦੇ ਆ, ਥੋੜੀ ਘੱਟ ਆ, ਆਹ ਪਿਓਰ ਚੋਂਦੀ ਆ, ਆਹ ਪਿਓਰ ਝੁੰਗੀ ਆ, ਸਿੰਗ ਵੇਖੋ ਜੀ ਇਹਦਾ ਕੁਆਲਿਟੀ ਦਾ ਪੂਰਾ, ਤੇ ਫੇਸ ਵੀ ਚੰਗਾ, ਥਾਣ ਵੀ ਵੇਖ ਲਓ ਜੀ ਇਹਦੇ, ਬਹੁਤ ਸੋਹਣੇ ਆ, ਝੁੰਗੀ ਨੂੰ ਕਰਮਾ ਵਾਲੀ ਕਿਉਂ ਮੰਨਦੇ ਜ਼ਿਆਦਾ, ਪ੍ਰਧਾਨ ਜੀ ਚਲੋ ਰੀਤੀ ਰਿਵਾਜ਼ ਦਾ ਸ਼ੁਰੂ ਤੁਰਿਆ ਆਉਂਦਾ, ਪਿੱਛੇ ਕਹਿੰਦੇ ਝੁੰਗੇ ਬੋਲ ਜਾਂਦੇ ਹੁੰਦੇ ਸੀ, ਦੱਸਦੇ ਆ
ਇਹਦਾ ਵੀਰ ਜੀ ਸੂਆ ਕਰਮਾ ਜੀ ਦੂਜਾ ਤੇ ਟਾਈਮ ਕਿੰਨਾ ਕੁ ਲੈ ਜੂਗੀ? ਅੱਛਾ 20 ਦਿਨ ਆ ਵੇਖੋ ਜੀ ਤੇ ਥਾਣ ਥੂਣ ਓਕੇ ਇਹਦੇ ਸਿੰਘ ਵੀ ਇਹਦਾ ਹੈਗਾ ਝੁੰਗਾ ਦਿਨ ਕਿੰਨੇ ਦੱਸਿਆ ਵੀਰ ਜੀ? 20 ਦਿਨ ਲੈ ਜੂਗੀ ਬਾਕੀ ਸੂਆ ਦੂਜਾ ਤੇ 10-12 ਕਿਲੋ ਦੁੱਧ ਚਵਾਇਆ ਕਿ ਚਵਾਉਣਾ ਇਹਨੇ ਹੁਣ 15-16 ਤੁਸੀਂ ਮੁੱਲ ਜਾਇਜ਼ ਕਰਨਾ ਇਹਦਾ ਤਾਂ ਨਫਾ ਤਾਂ ਹੀ ਲੈਣਾ ਹਿੰਮਤ ਭਾਜੀ ਹਿੰਮਤ ਮਾਰੋ ਥੋੜੀ ਜੀ 34 ਦੀ 500 ਹੋਰ ਕਰ ਦੋ ਠੀਕ ਕਿੰਨੇ ਦੀ ਹੋ ਗਈ ਹੁਣ 33 ਦੀ 33 ਦੀ ਨੀ ਹੋਈ ਲੋ ਜੀ ਇਹ ਚ ਛੋੜ ਛੱਪਾ ਹੀ ਹੋਣਾ ਵਾ ਵੀਰ ਨੂੰ ਫੋਨ ਕਰ ਲਿਓ ਆ ਵੇਖੋ ਜੀ ਬਾਕੀ ਹੈ ਵੀ ਕਰਮਾਂ ਵਾਲੀ ਮੰਨਦੇ ਇਹਨੂੰ ਸਾਰੇ ਜਾਣੇ ਮੈਨੂੰ ਇਹ ਚੀਜ਼ ਦਾ ਜ਼ਿਆਦਾ ਨੀ ਗਾ ਪਤਾ ਠੀਕ ਆ ਹਾਂਜੀ ਅੱਛਾ ਇਹਦਾ ਸੂਆ ਕਰਮਾ ਜੀ ਤੀਜਾ ਸੂਆ ਠੀਕ ਆ ਆ ਵੇਖੋ ਜੀ ਆ ਬੱਚਾ ਆ ਦੇ ਮਗਰ ਆ ਗਿਆ ਇਹਦਾ ਸੂਆ ਕਿੰਨਾ ਜੀ? ਸੂਆ ਤੀਜਾ ਹੋ ਗਿਆ ਪਿੰਡ ਸਾਹਿਬ ਤੇ ਦਿਨ ਕਿੰਨੇ ਹੋ ਗਏ ਸੂਈ ਨੂੰ? ਸੂਈ ਨੂੰ 15 ਦਿਨ ਹੋ ਗਏ ਜੀ 15 ਦਿਨ ਹੋ ਗਏ ਸੂਈ ਨੂੰ ਤੇ ਦੁੱਧ ਕਿੰਨਾ ਦੇ ਕੋਲ ਜੀ? ਦੁੱਧ ਪਹਿਲਾਂ ਜਿਹੜਾ ਚਵਾਈ ਵਾਲਾ ਪੱਕਾ ਵਾਲੇ 9 ਲੀਟਰ ਹੋਊਗਾ ਜੀ ਅੱਛਾ 9 ਲੀਟਰ ਦੁੱਧ ਆ ਥਾਲ ਸੋਹਣਾ ਲੱਗਾ ਜਿਹੜਾ ਹੈਗਾ ਵਾ ਜੀ ਕਿੰਨੇ ਕੁ ਵਜੇ ਚਵਾਈ ਹੋਈ ਹੈ ਜੀ ਇਹਦੀ? ਚਵਾਈ ਇਹਦੀ ਤਕਰੀਬਨ ਕੋਈ 6 ਵਜੇ ਚਵਾਈ ਹੋਈ ਹੈ ਹਾਂ ਠੀਕ ਆ ਹੁਣ ਟਾਈਮ ਦਿਖਾ ਦਿਓ ਮੜਾ ਕਿੰਨਾ ਆ ਵਾ ਦਿਖਾ ਦਿਓ ਮੜਾ ਟਾਈਮ 12:58 ਹੋ ਗਏ ਜੀ ਆ ਵੇਖੋ 12:58 ਹੋ ਗਏ ਆ ਕੋਈ ਰੋਕੀ ਨਹੀਂ ਗੀ ਚਵਾਈ ਹੋਈ ਆ ਚਵਾਈ ਹੋਣ ਤੋਂ ਬਾਅਦ ਵੀਡੀਓ ਬਣ ਰਹੀ ਸ਼ਾਮਾਂ ਨੂੰ ਜਿਹੜਾ ਵੀਡੀਓ ਵੇਖ ਲੈ ਸ਼ਾਮਾਂ ਨੂੰ ਆ ਕੇ ਚੋਲੇ ਭਾਵੇਂ ਆਪਾਂ ਵੀਡੀਓ ਹੀ ਹੁਣੇ ਪਾ ਦੇਣੀ ਆ ਸ਼ਾਮਾਂ ਨੂੰ ਆ ਕੇ ਚੋਲੇ ਅਗਲਾ ਹਨਾ ਪਤਾ ਗੱਲ ਕੀ ਆ ਆਪਾਂ ਥੋੜਾ ਇਮਾਨਦਾਰੀ ਵਾਲਾ ਕੰਮ ਰੱਖਿਆ ਵਾ ਜੀ ਇਹ ਨਹੀਂ ਕੋਈ ਤੁਹਾਨੂੰ ਸਾਡੇ ਅੱਡੇ ਤੇ ਆਊਗਾ ਮਾਰ ਰੀਜਨਲ ਹੀ ਹੋਊਗਾ ਜੀ 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 ਕੋਈ ਬੱਚਾ ਨਾ ਲੱਗਾ ਹੋਊਗਾ ਕੋਈ ਥਾਂ ਦੀ ਗਲਤ ਨਾ ਹੋਊਗੀ ਨਾ ਗਾਂ ਨਾ ਮੈਂ ਹੋਊਗੀ ਜੀ 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 ਬਾਕੀ ਵੀਰ ਜੀ ਅਸੀਂ ਚਲੋ ਦੋਵੇਂ ਭਰਾ ਰਲ ਕੇ ਲਿਆਉਂਦੇ ਆ ਤੇ ਜੇ ਮਤਲਬ ਸਾਨੂੰ 10 ਗਾਈਆਂ ਲੱਭੀਆਂ ਨਾ ਉਹਨਾਂ ਦੇ 10 ਚੋਂ 3 ਪਾਸ ਕੀਤੀਆਂ 7 ਅਸੀਂ ਛੱਡੀਆਂ ਵਾ ਨਹੀਂ ਪਾਸ ਆਈਆਂ ਜਿਹੜੀਆਂ ਗਲਤ ਵਾ ਜੀ ਜੀ ਕੇਨ ਬੱਚਾ ਲਾਇਆ ਕੋਈ ਥਾਂ ਦੀ ਗਲਤ ਆ ਉਹ ਛੱਡੀਆਂ ਸਹੀ ਗੱਲ ਆ ਜੀ ਮਾਲ ਬੜਾ ਔਖਾ ਜਿਹੜਾ ਛਾਣ ਕੇ ਲੈਣਾ ਪੈਂਦਾ ਜੀ ਮਾਲ ਜਾਂਦੇ ਨੂੰ ਮਿਲ ਜਾਂਦਾ ਜੀ ਜੇ ਆਪਾਂ ਕਹੀਏ ਕਿ ਜਾਂਦੇ ਫੜ ਕੇ ਆ ਲੈ ਜਾਂਦਾ ਦੁੱਧ ਕਿੰਨਾ ਇਹਦੇ ਕੋਲ ਹੋਣਾ? ਦੁੱਧ ਇਹ 9 ਲੀਟਰ ਹੋਊਗਾ ਜਿਹੜਾ 9 ਲੀਟਰ ਜਿਹੜਾ ਹੈਗਾ ਜੀ ਠੀਕ ਅਸਲ ਜਿਹੜਾ ਤੋਰੀ ਇਹਨੂੰ ਵਾਧੂ ਨਹੀਂ ਕਹਿਣਾ ਜਿਹੜਾ ਹੈਗਾ ਠੀਕ ਹੈ ਬਾਕੀ ਚਵਾਈ ਹੋਈ ਆ 12 ਵਜੇ ਦਾ ਟਾਈਮ ਆ ਆਪਾਂ ਵੀਡੀਓ ਅੱਜ ਜਾਣੀ ਸ਼ਾਮਾਂ ਨੂੰ ਆ ਕੇ ਕੋਈ ਚਵਾਈ ਕਰ ਲੈ ਜਿਹਨੂੰ ਪਸੰਦ ਹੋਵੇ ਕੋਈ ਗੱਲ ਨਹੀਂ ਮਹਾਰਾਜ ਆ ਵੇਖੋ ਜੀ
ਵੇਖ ਲੋ ਜੀ ਬਹੁਤ ਹੀ ਸੋਹਣੀ ਆ, ਬਣਦੀ ਬੁਣਦੀ ਚੰਗੀ ਭਾਜੀ, ਸੋਹਣੀ ਬਣਦੀ ਆ, ਠੀਕ ਆ, ਫੇਸਬੁੱਕ ਚੰਗਾ ਦਾ ਕਮਾ ਲੋ ਮੁੱਲ ਕਿੰਨਾ ਕਰਨਾ ਜੀ ਇਹਦਾ? ਮੁੱਲ ਸਰਦਾਰੀ ਚਲੋ ਇਹ ਆ ਜੋ ਹੁਣ ਬਾਹਰ ਬਾਜ਼ਾਰ ਬਜੂਰ ਆ, ਹਾਂਜੀ, ਤੇ ਮੈਂ ਨਾ 33,000 ਦੀ ਦੇ ਦਾਂਗੇ। ਦੱਸੋ ਮੈਂ ਤਾਂ ਭਾਜੀ ਮਾਰੋ ਮੈਂ ਤਾਂ ਮਾੜੀ ਜੀ ਭਾਜੀ, ਹੋਰ 1000 ਘੱਟ ਕਰ ਲਿਓ ਜੀ, ਸੁਆ ਪਹੁ ਨਹੀਂ ਲਾਉਦਾ ਬਾਹਰ ਤਾਂ ਕਰਕੇ। ਮੈਂ ਕਹਿੰਦਾ ਪੂਰੇ ਦੀ ਕਰ ਦਿਓ, ਚਲੋ ਦੇ ਦਾਂਗੇ ਮਾਰਾ, ਦੇ ਦਾਂਗੇ ਭਾਜੀ, ਚਲੋ ਠੀਕ ਹੈ, 30 ਦੀ ਕਰ ਦਿਓ ਫੇ, ਹੈ ਠੀਕ ਹੈ ਭਾਜੀ, ਦੇ ਦਾਂਗੇ, ਠੀਕ ਹੈ। ਇਹ ਚ ਹੈਗੀ ਕਾ ਸਰ ਹੋਰ ਕੋਈ ਛੋਟ ਹੋ ਜੂਗੀ? ਥੋੜੀ ਬਹੁਤੀ ਜਿਹੜੀ ਹੋਊਗੀ ਬਾਹਰ ਤਾਂ ਕਰਾਂਗੇ ਜ਼ਰੂਰ, ਕਰ ਦਾਂਗੇ ਯਾਰ, ਕਰ ਦਾਂਗੇ। ਆ ਲਓ ਜੀ 29,000 ਦੀ, ਦੇ ਦਾਂਗੇ 29,000 ਦੇ ਵਿੱਚ ਤੁਹਾਨੂੰ ਤਾਜ਼ੀ ਸੂਈ ਮਿਲਣੀ ਜੇ, ਇਹ ਫਿਰ ਰੀਜਨਲ ਪਿੰਡਰ ਸਾਹਿਬ ਵੀ ਮਾਲ ਕੋ, ਰੀਜਨਲ ਮਾਲ ਆ, ਕੋਈ ਬਚਣਾ ਲੱਗਾ ਹੋਊਗਾ ਜਾਂ ਕਿ ਮੈਲਾ ਮਾਰੂਗੀ ਜੇ ਤਾਂ ਭਰਾ ਕੋ ਫੜੂਗਾ ਰੇ, ਹਾਂਜੀ ਹਾਂਜੀ, ਉਹਦਾ ਠੀਕ ਆ, ਤੇ ਚੌਂਦੇ ਕਿਦਾਂ ਰੱਸੀ ਪਾ ਕੇ, ਰੱਸੀ ਪਾ ਲਓ ਪਾ ਨਾ ਪਾ ਲਓ, ਠੀਕ ਆ, ਜੇ ਭਣ ਭਰਾ ਕੋ ਕਹੂਗਾ ਤਾਂ ਆਪ ਰੱਸੀ ਵਗੈਰੀ ਜੋ 29,000 ਚ ਛੋੜ ਹੋ ਜੂਗੀ, ਛੋੜੀ ਹੋਊਗੀ 200 ਰੁਪਏ, ਠੀਕ ਆ ਜੀ, ਫੋਨ ਕਰ ਲਿਓ, ਇਹ ਆ ਕਿ ਸਾਰੀ ਚੰਗੀ ਆ, ਜਿੰਨੀ ਸੁਆ ਸੁਆ ਪਸ਼ੂ ਲੱਭਦਾ ਘਾਟ ਆ ਤੇ ਬਹੁਤ ਸੋਹਣੀ ਆ, ਸਾਫ ਸੁਥਰੀ ਬੜੀ ਆ ਜੀ, ਆ ਮੱਝ ਬਾਰੇ ਦੱਸੀਏ ਜੀ, ਦਿਨ 15 ਖੜਦੀ ਆ ਤੇ ਆ 15 ਦਿਨ ਲੈ ਜੂਗੀ, ਹਾਂਜੀ, ਠੀਕ ਆ ਜੀ, ਤੇ ਦੁੱਧ ਕਿੰਨਾ ਕੁ ਚਵਾ ਦੂਗੇ? ਦੁੱਧ ਸਹੀ ਸੇਵਾ ਦਾ ਜੀ, ਸੁਆ ਕਿਨਵਾ ਇਹਦਾ? ਸੁਆ ਤੀਜਾ ਜੀ, ਤੀਜਾ ਸੁਆ, ਠੀਕ ਆ ਜੀ, ਤੋਰੀਏ ਨੂੰ ਖੋਲ ਕੇ ਤੋਰ ਦਿੰਦੇ ਆ ਜੀ, ਦਿਨ ਕਿੰਨੇ ਖੜਨੇ ਨੇ? 15 ਹੀ, 15 ਲੈ ਜੂਗੀ ਹਨਾ, ਆ ਵੇਖੋ ਜੀ, ਬਾਕੀ ਢੱਲਾਂ ਢੁੱਲਾਂ ਚੰਗੀਆਂ ਵਾ, ਕੁਆਲਿਟੀ ਦੀ ਮੱਝ ਆ, ਮੁੱਲ ਇਹਦਾ ਜਾਇਜ਼ ਹੀ ਕਰਨਾ ਵਾ, ਕਿਉਂਕਿ ਜਿੰਨੇ ਕੁ ਦਿਨ ਸਾਂਭਣੀ ਕਿਸੇ ਨੇ ਸਾਂਭਣ ਦਾ ਮੁੱਲ ਜਿਹੜਾ ਉਹਨੂੰ ਛੱਡ ਦੇਣਾ ਵਾ, ਆ ਵੇਖੋ ਜੀ, ਚੈੱਕ ਕਰ ਲਓ ਜੀ, ਬਾਕੀ ਜਿੱਡੀ ਹੈਗੀ ਆਪਾਂ ਉਡੀਕ ਦਿਖਾਉਣ ਡੇ ਹਾਂ, ਕੋਈ ਝੂਮ ਨਹੀਂ ਕੀਤਾ, ਗਾਈਆਂ ਲਾਗੋ ਲੰਘਦੀ ਆ, ਹਿਸਾਬ ਤੁਸੀਂ ਆਪੇ ਲਾ ਲਿਓ ਕੱਦ ਕਿੱਡਾ ਕਰਦਾ, ਆ ਵੇਖੋ ਜੀ, ਬੇਲ ਬਾਲ ਕਾਫੀ ਲੰਮੀ ਆ, ਬਣੂ ਬੁਣੂ ਚੰਗੀ ਐ, ਚੰਗਾ ਹਵਾਨਾ ਤਿਆਰ ਕਰੂਗੀ, ਜੀ ਜੀ, ਤੁਸੀਂ ਗਾਈਆਂ ਵਾਲਾ ਹਿਸਾਬ ਨਾ ਕਰੋ ਮੱਝ ਨਾ, ਹਾਂਜੀ ਹਾਂਜੀ, ਉਹ ਦੇਖੀ ਜੀ ਦੇਖੀ, ਜੀ ਜੀ, ਠੀਕ ਠੀਕ ਹੈ ਜੀ, ਹਾਂਜੀ, ਮੁੱਲ ਕਿੰਨਾ ਕਰਨਾ ਭਾਜੀ ਇਹਦਾ? ਦੱਸੋ ਫੇਰ ਕਿੰਨਾ ਕਰਨਾ? 72,000 ਰੁਪਏ ਕਰਨਾ, ਮਾਣ ਦਾਣ ਕਿੰਨਾ ਕਰਨਾ? 2,000 ਰੁਪਏ ਕਰਨਾ, ਠੀਕ ਹੈ ਜੀ, ਕਿਉਂਕਿ ਹਾਰਨਾ ਹੀ ਇੱਥੋਂ ਜ਼ਿਆਦਾ ਨਹੀਂ, ਠੀਕ ਹੈ ਜੀ, 70,000 ਮੈਂ ਇਸ ਜੇ ਭੈਣ ਭਰਾ ਕੋਈ ਆਖੂਗਾ, ਹਾਂਜੀ, ਘੱਟ ਦੋ ਘੱਟ ਉਹ ਨਿਝੋਣੀ ਛੋੜ ਹੀ ਹੋਣੀ ਦੱਸੋ, ਠੀਕ ਹੈ ਜੀ, 70,000 ਚ ਛੋੜ ਹੋ ਜੂਗੀ, ਠੀਕ, ਕੱਟਾ ਕੱਟਾ ਖੀਰਾ, ਹਾਂਜੀ ਭਾਈ, ਡੇਢ ਸਾਲ, ਠੀਕ ਹੈ ਜੀ, ਡੇਢ ਸਾਲ ਦਾ ਹੋ ਗਿਆ, ਹਾਂ ਡੇਢ ਸਾਲ ਦਾ ਹੋ ਗਿਆ ਜੀ, ਠੀਕ ਹੈ ਜੀ, ਠੀਕ ਠੀਕ, ਖੀਰਾ ਵਾ ਜੀ, ਬਾਕੀ ਸਿੰਘ ਸੁੰਘ ਦਾ ਵੀ ਚੰਗਾ ਵਾ, ਕੱਦ ਕੱਟ ਚੰਗਾ ਕਰਕੇ, ਇਹਦੀ ਮਾਂ ਦਾ ਦੁੱਧ ਆਰ ਕਾਰਡ ਕਿੰਨਾ ਕਰ ਤੋਰ ਹਵੀਰਾਂ ਨੂੰ ਮੜਾ, ਆ ਵੇਖੋ ਜੀ, ਕੱਦ ਦਾ ਹੁਣੇ ਹੀ ਚੰਗਾ ਵਾ ਜੇ, ਖੀਰਾ ਵਾ ਮੂੰਹ ਤੋਂ, ਡੇਢ ਸਾਲ ਦਾ ਹੋਇਆ ਵਾ, ਟੈਸਟੀਕਲ ਵੀ ਸਟੇਟ ਆ ਤੇ ਸੋਹਣਾ ਵਾ ਜੀ, ਕੁਆਲਿਟੀ ਦਾ ਕੱਟਾ,
ਫੇਸ ਕੁਆਲਿਟੀ ਚੰਗੀ ਆ ਜੀ। ਨੀਲੀ ਨੀਲੀ ਰਾਵੀ ਚ ਪੱਖ ਰੱਖਦਾ ਵਾ ਥੋੜਾ ਜਿਹਾ, ਅੱਖ ਵੀ ਬਿੱਲੀ ਆ ਤੇ ਪੈਰ ਵੀ ਚਿੱਟੇ ਆ, ਮੱਥਾ ਵੀ ਚਿੱਟਾ ਤੇ ਪੂਛ ਵੀ ਚਿੱਟੀ ਆ ਜੀ। ਹਾਂਜੀ ਬਾਕੀ ਜਾਤ ਵਾਲਾ ਵਾ ਜੀ, ਅਜੇ ਕੂੜਾ ਹੀ ਆ, ਬੱਚਾ ਹੀ ਆ ਗਏ। ਠੀਕ ਆ, ਹਾਂਜੀ ਇਹਦਾ ਭਾਜੀ ਦੱਸੋ ਫੇਰ ਕਿੰਨਾ ਕਰਨਾ ਮੁੱਲ? ਆ ਵੇਖੋ ਜੀ, ਬਾਕੀ ਆ ਕੇ ਵੀ ਚੈੱਕ ਕਰ ਲੇ ਕੋਈ ਜੀ, ਕਿੰਨੇ ਦਾ? 35,000 ਦਾ। ਹਾਂਜੀ 35,000 ਦਾ, 36,000 ਦਾ। ਮੈਂ ਕਹਿੰਦਾ ਕਰ ਦੋ ਗਾ 35 ਦਾ ਜੀ, ਉਹ ਜਾਣ ਦੋ ਪਰਾਂ ਐਵੇਂ ਜਿੱਦ ਨੀ ਕਰੀ ਦੀ ਹੁੰਦੀ, ਛੋੜ ਛੂਟ ਹੋ ਜੂਗੀ। ਠੀਕ ਆ ਜੀ, ਉਹ ਨਸਲ ਨਾ ਹਰ ਇੱਕ ਚੀਜ਼ ਚੋਂ ਕਮਾਈ ਨੀ ਭਾਲੀ ਦੀ ਹੁੰਦੀ, ਸੇਵਾ ਵੀ ਹੁੰਦੀ ਗਈ ਆ। ਹੁਣ ਜੇ ਕੋਈ ਸਾਂਭਣ ਵਾਲਾ ਲੈ ਜੂਗਾ ਬੁੱਚੜਾ ਤਾਂ ਵਾਜੂਗਾ, ਪੂਰੇ ਲੱਖ ਦਾ ਵਾ ਇਹ। ਠੀਕ ਆ ਸਹੀ, ਠੀਕ ਆ ਜੀ ਸਹੀ ਆ। ਤੇ ਆਹੀ ਵੀਰ ਨੇ 6 ਪਸ਼ੂ ਸੇਲ ਕਰਨੇ ਆ, ਫੋਨ ਕਰ ਲਿਓ, ਵੀਡੀਓ ਨੂੰ ਕਰ ਦਿਓ ਸ਼ੇਅਰ ਜੀ, ਆਪਣੀ ਆ ਕੇ ਤਸੱਲੀ ਕਰਕੇ ਲੈ ਕੇ ਜਾਇਓ ਜੀ। ਧੰਨਵਾਦ ਜੀ।